ਫਤਿਹਗੜ੍ਹ ਸਾਹਿਬ ਦੀ ਤਿਆਰੀ ਕਰ ਲਈ ਸੀਗੀ ਅਤੇ ਹੁਣ ਆਪਾਂ 5-6 ਦਿਨ ਲੱਗ ਜਾਵਾਂਗੇ ਅਤੇ ਤੁਹਾਨੂੰ ਡੇਲੀ ਵਲੌਗ ਦਾ ਅਪਡੇਟ ਦਿਆ ਕਰਾਂਗੇ ਅਤੇ ਬਾਕੀ ਆਪਾਂ ਟਰੈਕਟਰ ਕਰ ਲਈ ਤਿਆਰ ਅਤੇ ਚੱਲਦੇ ਹਾਂ। ਬਾਕੀ ਰੁਕੇ ਸੀਗੇ ਪੈਟਰੋਲ ਪੰਪ 'ਤੇ ਟਰੈਕਟਰਾਂ ਦੀ ਟੈਂਕੀ ਫੁੱਲ ਕਰਾਉਣ ਨੂੰ ਅਤੇ ਮੈਂ ਦਿਖਾਉਂਦੇ ਤੁਹਾਨੂੰ ਸਾਰੀ ਆਪਣੀ ਸੰਗਤ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਬਾਕੀ ਮਿੱਤਰੋ ਵਲੌਗ ਨੂੰ ਸਾਰੇ ਨੂੰ ਅੰਡ ਤੱਕ ਦੇਖਿਓ ਅਤੇ ਆਪਾਂ ਤੁਹਾਨੂੰ ਡੇਲੀ ਨਵੀਂ ਨਵੀਂ ਅਪਡੇਟ ਦਿੰਦੇ ਰਹਾਂਗੇ ਅਤੇ ਬਾਕੀ ਸੰਗਤ ਆਪਣੀ ਬੈਠੀ ਟਰਾਲੇ 'ਚ ਅਤੇ ਬਾਕੀ ਦੂਜਾ ਟਰੈਕਟਰ ਵੀ ਆਉਂਦਾ ਅਤੇ ਉਹ 'ਚ ਵੀ ਪਾਉਣੇ ਤੇਲ ਅਤੇ ਬਾਕੀ ਆਪਣੇ ਸਾਰੀ ਸੰਗਤ ਫਿਰਦੀ ਵੀਰੇ। ਅਤੇ ਬਾਕੀ ਦੂਜਾ ਟਰੈਕਟਰ ਵੀ ਆ ਗਿਆ ਸੀਗਾ ਜੀ ਅਤੇ ਉਹ 'ਚ ਵੀ ਪਾਉਣੇ ਆਪਾਂ ਤੇਲ। ਬਾਕੀ ਤੇਲ ਪਾਈ ਜਾਂਦੇ ਸੀਗੇ ਉਹ ਟਰੈਕਟਰ ਵੀ ਕਰਦੇ ਟੈਂਕੀ ਫੁੱਲ ਅਤੇ ਚੱਲਦੇ ਸ਼੍ਰੀ ਫਤਿਹਗੜ੍ਹ ਸਾਹਿਬ। ਬਾਕੀ ਮਿੱਤਰੋ ਰੁਕੇ ਹੋਏ ਸੀ ਲੰਗਰ 'ਚ, ਬਾਕੀ ਦੇਖ ਸਕਦੇ ਹੋ ਟਰੈਕਟਰ। ਬਾਕੀ ਸਾਡੀਆਂ ਸਾਰੀਆਂ ਸੰਗਤਾਂ ਟਰਾਲੀ 'ਚ ਬੈਠੀਆਂ ਹੋਈਆਂ ਜੀ ਅਤੇ ਬਾਕੀ ਟਰੈਕਟਰਾਂ ਦੀਆਂ ਰੇਸ਼ਾਂ ਲੱਗੀਆਂ ਹੋਈਆਂ ਉੱਧਰ ਦੋਨਾਂ ਦੀਆਂ ਆਮੋ ਸਾਹਮਣੇ। ਬਾਕੀ ਪਟਿਆਲੇ ਪਹੁੰਚ ਗਏ ਸੀਗੇ ਜੀ ਅਤੇ ਸਾਰੀ ਸੰਗਤ ਵਧੀਆ ਠੀਕ ਠਾਕ ਆ ਵੀਰੇ ਸਾਰੀ।